ਫਾਈਨਲੀ ਪਹੁੰਚ ਗਏ ਸੀਗੇ ਤੇ ਆ ਗਏ ਬਾਹਰ ਸਾਰਾ ਪ੍ਰੋਸੈਸ ਹੋ ਗਿਆ ਡਨ ਸੇਫ ਟੂ ਸੇ ਕਿ ਹੁਣ ਓਕੇ ਆ ਸਾਰਾ ਤੇ ਕਾਫੀ ਵਧੀਆ ਸੀ ਪ੍ਰੋਸੈਸ ਯਾਰ ਐਵੇਂ ਕਹਾਂ ਬਾਕੀ ਉਹ ਮੈਂ ਵੀਡੀਓ ਸਮਝਾ ਦੂੰਗਾ ਤੇ ਹੁਣ ਤਾਂ ਯਾਰ ਥੱਕੇ ਪਏ ਆ ਬੁਰਾ ਹਾਲ ਉਦਾਂ ਕਈ ਚੀਜ਼ਾਂ ਨੂੰ ਟਾਈਮ ਲੱਗ ਗਿਆ ਜਿਵੇਂ ਪੈਕਿੰਗ ਪੂਕਿੰਗ ਨੂੰ ਠੀਕ ਆ ਤੇ ਹੁਣ ਬਾਹਰ ਵੇਟ ਕਰ ਰਹੇ ਹਾਂ ਬਟ ਐਨੀਵੇ ਜੀ ਸੋ ਉਹ ਪ੍ਰੋਸੈਸ ਮੈਂ ਸਾਰਾ ਅਲੱਗ ਤੋਂ ਤਾਂ ਵੀ ਦਿਖਾਉਣਾ ਕਿਉਂਕਿ ਇਹ ਵੀਡੀਓ ਉਹਦੇ ਬਾਰੇ ਨਹੀਂ ਹੈਗੀ ਇਹ ਹੈਗੀ ਸਰਪ੍ਰਾਈਜ਼ ਬਾਰੇ ਦੇਖਦੇ ਆ ਘਰ ਦੇ ਕਿਵੇਂ ਰਿਐਕਟ ਕਰਦੇ ਮਤਲਬ ਉਹਨਾਂ ਨੂੰ ਪਤਾ ਹੈ ਜਿਵੇਂ ਮੈਂ ਕਿਹਾ ਵੀ ਆਉਣਾ ਪਰ ਉਹਨਾਂ ਨੂੰ ਇਹ ਪਤਾ ਮੈਂ ਹਫ਼ਤੇ ਬਾਅਦ ਪਤਾ ਆਉਣਾ ਸੋ ਸ਼ਾਮ ਤੱਕ ਪਹੁੰਚਦੇ ਹਾਂ ਅਤੇ ਫਿਰ ਦੇਖਦੇ ਹਾਂ ਕੀ ਬਣਦਾ ਸੋ ਨਿਕਲਦੇ ਹਾਂ ਜੀ ਬਸ ਬਰੂਦ ਅੰਦੋਲਨ ਕਰਕੇ ਪਿੰਡਾਂ ਚ ਨੂੰ ਆਏ ਆ ਮੇਨ ਰੋਡ ਬਲੌਕ ਆ ਸੋ ਬੈਟਰ ਆ ਕਿ ਚੰਡੀਗੜ੍ਹ ਦੀ ਟਿਕਟ ਕਰਾ ਲਓ ਰੈਦਰ ਦੈਨ ਦਿੱਲੀ ਤੋਂ ਗੱਡੀ 'ਚ ਆਉਣ ਨਾਲ ਉਹ ਕਨਵੀਨੀਅੰਸ ਰਹੂਗਾ ਤੁਹਾਨੂੰ ਹੁਣ ਬਸ ਹੁਣ ਭੁੱਖ ਲੱਗੀ ਆ ਸਵੇਰ ਦੇ ਜਹਾਜ਼ ਦੇ ਚੌਲ ਖਾ ਖਾ ਕੇ ਅੱਗੇ ਪਏ ਹੁਣ ਰੋਟੀ ਆਰਡਰ ਕੀਤੀ ਆ ਖਾ ਕੇ ਫਿਰ ਦੇਖਦੇ ਹਾਂ ਸਾਡੇ ਵੀਰ ਆਏ ਨੇ ਸਾਨੂੰ ਸਪੈਸ਼ਲ ਲੈਣ ਮਾਰੇ ਦਿੱਤੇ ਆਪਸ਼ਨ ਹੁਣ ਬਲਾਊਜ ਵੀ ਮਾਰ ਦੇ ਇਹਦੇ ਮੰਗਣਾ ਹੋ ਗਿਆ ਬੰਦੇ ਨੂੰ ਆਏ ਜਾਂਦਾ ਹੁੰਦਾ ਕਮੈਂਟ ਇੱਕ ਅੱਧਾ ਚੱਲ ਹੁਣ ਕਿਹਦੇ ਕਮੈਂਟ ਆਉਣੇ ਬਾਈ ਹੁਣ ਤਾਂ ਬਸ ਨਹੀਂ ਹੁਣ ਤਾਂ ਰਿਪਲਾਈ ਕਰਦਾ ਵੀ ਚੰਗਾ ਨਹੀਂ ਲੱਗਦਾ ਨਾ ਲਓ ਜੀ ਖਾਣਾ ਆ ਗਿਆ ਅਤੇ ਦਾਲ ਮੱਖਣੀ ਪਨੀਰ ਚਪਾਤੀ ਐਜ਼ ਯੂਜੂਅਲ ਸਿੰਪਲ ਬਟਰ ਵਾਲੀ ਮੰਗਾਈ ਸੀ ਮੈਂ ਕਹਿਣ ਲੱਗਿਆ ਸੀ ਵੀ ਬਟਰ ਸਾਈਡ 'ਤੇ ਤਾਂ ਨਹੀਂ ਆਉਣਾ ਨਹੀਂ ਬਟਰ ਰੋਟੀ ਮੰਗਾਈ ਸੀ ਇੱਕ ਗੱਲ ਹੈ ਵੀ ਚੀਜ਼ ਤਾਂ ਐਂ ਇੱਧਰ ਵਾਲੀ ਇੱਧਰ ਵਾਲੀ ਐਂ ਹੈਨਾ ਇੰਡੀਆ ਇੰਡੀਆ ਪਲੇਟਾਂ ਜਿਹੀਆਂ ਖਾ ਕੇ ਕਿਤੇ ਪਤਾ ਲੱਗਦਾ ਕੁਛ ਕੁ ਰੈਸਟੋਰੈਂਟ ਆਇਆ ਜਿਹੜੇ ਉੱਥੇ ਵਧੀਆ ਆ ਆਪਣੇ ਘਰੇ ਨੀ ਹੁਣ ਮੈਂ ਆਇਆ ਆਪਣੇ ਯਾਰ ਦੋਸਤ ਸੀਆਰ ਦੇ ਘਰੇ ਸੀਆਰ ਜੀ ਸੀਆਰ ਜੀ ਬੈਕ ਟੂ ਬੇਸਿਕ ਅਤੇ ਆਪਾਂ ਮਤਲਬ ਕਹਿੰਦੇ ਕੋਈ ਖੇਲਾ ਨਹੀਂ ਛੱਡਣਾ ਇਹਨਾਂ ਦਾ ਇੱਧਰ ਆ ਗਏ ਜੀ ਅਤੇ ਇੱਦਾਂ ਕਿਉਂ ਕੀਤਾ ਇਹ ਮੈਂ ਤੁਹਾਨੂੰ ਦੱਸ ਦਿੰਦਾ ਕਿਉਂਕਿ ਕੱਲ੍ਹ ਨੂੰ ਆਪਾਂ ਫਰੈਸ਼ ਵਲੌਗ ਸਟਾਰਟ ਕਰਾਂਗੇ ਮੇ ਬੀ ਅਤੇ ਬਟ ਜੇ ਨਹੀਂ ਤਾਂ ਫਿਰ ਇਸ ਤੋਂ ਬਾਅਦ ਮਤਲਬ ਤੁਸੀਂ ਦੇਖ ਲਿਓ ਕੰਟੀਨਿਊ ਹੋਇਆ ਬਾਈ ਹੋਊਗਾ ਵੀ ਜੋ ਵੀ ਘਰੇ ਜਾ ਕੇ ਸਰਪ੍ਰਾਈਜ਼ ਦੇਣਾ ਉਹ ਐਂ ਹੋਇਆ ਵੀ ਹਨੇਰਾ ਬਹੁਤਾ ਹੋ ਗਿਆ ਹੁਣ ਔਲਰੇਡੀ 11 ਵਜੇ ਚੱਲੇ ਅਤੇ ਫਿਰ ਮੈਂ ਉਹ ਵਾਲੀ ਚੀਜ਼ ਹੀ ਨਹੀਂ ਸੋਚੀ ਸੀ ਵੀ ਮੈਂ ਘਰੇ ਜਾ ਕੇ ਤਾਂ ਖੁਦ ਬੈੱਲ ਮਾਰ ਕੇ ਹਨਾ ਕਹਾਂ ਵੀ ਬਾਹਰ ਆ ਜਾਓ ਜਾਂ ਆਪ ਕਿਸੇ ਤਰ੍ਹਾਂ ਗੇਟ ਖੋਲ੍ਹ ਕੇ ਅੰਦਰ ਜਾ ਕੇ ਉਵੇਂ ਜੇ ਕਹਾਂ ਅਤੇ ਨੀਂਦ ਜਿਹੀ 'ਚ ਠਾਲਾਂ ਮੈਨੂੰ ਸੀਗਾ ਵੀ ਜਾਗਦੇ ਹੁਣ ਅਤੇ ਮੈਂ ਪਹੁੰਚਾ ਫਿਰ ਰਿਐਕਸ਼ਨ ਜਿਹਾ ਲਵਾਂ ਸੋ ਤਾਂ ਕਰਕੇ ਉਹ ਰੀਜ਼ਨ ਜਿਹਾ ਹੈ ਅਤੇ ਫਿਰ ਔਲਰੇਡੀ 11 ਵਜੇ ਹੋਏ ਮੈਂ ਚੱਲ ਕਿੰਨਾ ਕੁ ਫਰਕ ਆ ਸੋ ਤਾਂ ਕਰਕੇ ਰੀਜ਼ਨ ਹੈ ਵੀ ਮੈਂ ਸੁਬਾਹ ਜਾਊਂਗਾ ਸੀਆਰ ਨਾਲ ਥੋੜ੍ਹੀ ਜਲਦੀ ਅਤੇ ਸੁਬਾਹ ਜਾ ਕੇ ਫਿਰ ਸਰਪ੍ਰਾਈਜ਼ ਦੇਵਾਂਗੇ ਸੋ ਇੰਨੀ ਗੱਲ ਆ ਜੀ ਤਾਂ ਥੋੜ੍ਹਾ ਜਿਹਾ ਟਵਿਸਟ ਕਰਨਾ ਪਿਆ ਅਤੇ ਐਮ ਹੀ ਲੰਘ ਗਿਆ ਸੀਗਾ ਮੈਨੂੰ ਛੱਡ ਕੇ ਸੋ ਹੁਣ ਕਰਦੇ ਹਾਂ ਜੀ ਆਰਾਮ ਬੜਾ ਜ਼ਿਆਦਾ ਥੱਕੇ ਹੋਏ ਹਾਂ ਅਤੇ ਮਿਲਦੇ ਹਾਂ ਜੀ ਤੁਹਾਨੂੰ ਸੁਬਾਹ ਜੇ ਇਹੀ ਵਲੌਗ ਕੰਟੀਨਿਊ ਹੁੰਦਾ ਹੋਇਆ ਨਹੀਂ ਫਿਰ ਨੈਕਸਟ ਵਲੌਗ ਦੀ ਵੇਟ ਕਰਿਓ ਉਹ 'ਚ ਅਸਲੀ ਜੋ ਸਰਪ੍ਰਾਈਜ਼ ਹੈ ਜਿਹਦੇ ਪਿੱਛੇ ਪੂਰਾ ਸਾਰਾ ਵਲੌਗ ਹੈ ਉਹ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਪਲੱਸ ਇੱਕ ਅਡੀਸ਼ਨਲ ਵਲੌਗ ਹੋਊਗਾ ਜਿਸ 'ਚ ਮੈਂ ਜੋ ਵੀ ਇਨਫੋਰਮੇਸ਼ਨ ਹੈ ਜੋ ਵੀ ਮਤਲਬ ਮੇਰਾ ਐਕਸਪੀਰੀਅੰਸ ਹੈ ਕੀ ਪ੍ਰੋਸੈਸ ਹੁੰਦਾ ਹਰ ਇੱਕ ਚੀਜ਼ ਕਿੱਥੋਂ ਕੀ ਕਰਨਾ ਪੈਂਦਾ ਉਹ ਤੁਹਾਨੂੰ ਐਕਸਪਲੇਨ ਕਰ ਦੂੰਗਾ
ਤਾਂ ਕਿ ਤੁਹਾਨੂੰ ਬੈਟਰ ਜਿਹਨੇ ਵੀ ਆਉਣਾ ਥੋੜ੍ਹਾ ਸੌਖਾ ਹੋ ਜਾਵੇ। ਠੀਕ ਹੈ ਜੀ, ਸੋ ਮਿਲਦੇ ਹਾਂ ਫਿਰ ਨੈਕਸਟ ਮਾਰਨਿੰਗ। ਲਓ ਜੀ ਸਵੇਰ ਦੀ ਤਿਆਰੀਆਂ, ਚੱਲੇ ਸੀ ਆਪਾਂ ਫਾਈਨਲੀ ਹੁਣ ਤੇ ਲੋਈ ਚੱਲੇ ਸੀ ਤੇ ਯਾਰ ਬਾਈ ਛੱਡਣ ਜਾਊਗਾ, ਦੇਖਦੇ ਹਾਂ ਕੀ ਬਣਦਾ। ਜ਼ਿਆਦਾ ਹਾਈਪ ਜੀ ਤਾਂ ਜ਼ਿਆਦਾ ਬਣਾਈ ਹੋਈ ਅਦਰ ਫਰਾਈ ਵਾਲੀ ਹੋਰ ਲੱਸੀ ਹੋਵੇ ਕਦੇ ਕਹਿਣਾ ਓਕੇ ਚਲੋ ਬਹਿ ਜਾਓ। ਬਾਕੀ ਚੱਲ ਦੇਖਦੇ, ਬਟ ਇੱਕ ਦੋ ਚੀਜ਼ਾਂ ਹੁਣ ਜਿਵੇਂ ਜਾਣ ਲੱਗੀ ਤੇਲ ਪਵਾਇਆ ਜਾਂ ਕੱਲ੍ਹ ਦਾ ਵੀ ਓਬਜ਼ਰਵ ਕਰ ਰਹੇ ਹਾਂ, ਕਦੇ ਇਹਦੇ ਮੈਂ ਸੋਚ ਰਿਹਾ ਅਲੱਗ ਵੀਡੀਓ ਬਣਾਊਂਗਾ ਵੀ, ਪਰ ਹਰ ਇੱਕ ਚੀਜ਼ ਲੱਗਦੀ ਹੈ ਸਟੇਜ, ਭਾਵੇਂ ਉਰੇ ਤੋਂ ਹੀ ਗਏ ਆ, ਆਹੀ ਕੁਝ ਅਸੀਂ ਕਰਦੇ ਗਏ ਹਾਂ, ਪਰ ਹਰ ਚੀਜ਼ ਐਂ ਲੱਗਦੀ ਹੈ ਵੀ ਯਾਰ ਐਂ ਕਦੇ ਹੋਰ ਨੂੰ ਮਾਰਿਆ, ਐਂ ਕਦੇ ਲੈਣ ਦੇਣ ਕਰੀ ਆ, ਹਰ ਇੱਕ ਚੀਜ਼ ਦਾ ਮਤਲਬ ਇੱਕੋ ਰਾਤ ਆਦਤ ਜੀ ਪਈ ਹੁੰਦੀ ਹੈ ਨਾ ਇੰਡੀਆ ਵਾਲੀ, ਟਿਪੀਕਲ ਐਗਜ਼ਾਮਪਲ ਆਹ ਵੀ ਆਗੂ ਕਰਦਾ ਫਿਰਦਾ। ਸੋ ਮਤਲਬ ਐਂ ਜੇ ਆ, ਪਰ ਫਸਟ ਇੰਪ੍ਰੈਸ਼ਨ ਕਹਾਂ ਵੀ ਹਾਂ ਕਈ ਚੀਜ਼ਾਂ ਜ਼ਿਆਦਾ ਉਵੇਂ ਜਿਹੇ ਲੱਗਦੀਆਂ ਨੇ, ਅਤੇ ਬਟ ਐਨੀ ਵੇ ਲਓ ਜੀ ਲਾਸਟ ਮੋੜ ਮੁੜ ਲਿਆ ਪਿੰਡ ਵੱਲ ਨੂੰ, ਅਤੇ ਤੂੰ ਵੀ ਉਹਨਾਂ ਰਾਤ ਤੱਕ ਥੋੜ੍ਹਾ ਜਿਹਾ ਐਸੀ ਸੀ ਉਹਨੂੰ ਕਹਿੰਦੀ ਮੈਂ ਵੇਗ ਜਿਹੀ ਫੀਲਿੰਗ ਆ, ਇੰਨਾ ਲੱਗ ਜਿਹਾ ਨਹੀਂ ਰਿਹਾ ਕੋਈ ਵੀ ਕੁਛ ਖਾਸ ਜਿਹਾ, ਹੁਣ ਥੋੜ੍ਹੀ ਥੋੜ੍ਹੀ ਜਿਵੇਂ ਐਕਸਾਈਟਮੈਂਟ ਜਿਹਾ ਥੋੜ੍ਹਾ ਥੋੜ੍ਹਾ ਜਿਹਾ ਉਵੇਂ ਆ ਵੀ ਕਿਵੇਂ ਹੋਊਗਾ, ਇੰਨਾ ਸੱਟੂ ਵੀ ਉਹਨਾਂ ਦੱਸਿਆ ਸਰਪ੍ਰਾਈਜ਼ ਦਾ ਇੰਨਾ ਜ਼ਿਆਦਾ ਨਹੀਂ ਹੈਗਾ ਵੀ ਉਵੇਂ ਵੀ ਸਾਨੂੰ ਇੰਨਾ ਆਪ ਨਹੀਂ ਵਧੀਆ ਲੱਗਦਾ ਵੀ ਸਰਪ੍ਰਾਈਜ਼ ਦੇਣੇ, ਇਹ ਜਸਟ ਐਂ ਸੀ ਵੀ ਚੱਲ ਮੌਕਾ ਹੈਗਾ ਫਸਟ ਟਾਈਮ ਦੇ ਦਿੰਦੇ ਹਾਂ, ਅੱਗੇ ਤੋਂ ਤਾਂ ਸ਼ਾਇਦ ਅਸੀਂ ਨਾ ਹੀ ਦਈਏ, ਪਰ ਉਹਨੂੰ ਵੈਸੇ ਇਨ ਜਨਰਲ ਵਧੀਆ ਲੱਗ ਰਿਹਾ ਵੀ ਹੁਣ ਆਇਆ ਤਾਂ ਹੁਣ ਹੁਣ ਫਾਈਨਲੀ ਜੇ ਆਪਣੇ ਸਪੈਸ਼ਲੀ ਆਪਣੇ ਏਰੀਆ 'ਚ ਆ ਕੇ ਉਵੇਂ ਜ਼ਿਆਦਾ ਫੀਲ ਹੁੰਦਾ ਨਾ, ਤਾਂ ਸੜਕਾਂ ਜਿੱਥੇ ਅੱਗੇ ਮੈਂ ਹੈ ਨਾ ਸਾਈਕਲਿੰਗ ਜਾਂ ਕੁਛ ਵੀ ਰਨਿੰਗ ਇੱਧਰ ਨੂੰ ਜਾਣਾ ਤਾਂ ਹੁਣ ਇੱਦਾਂ ਹੀ ਉਵੇਂ ਫੀਲ ਹੋ ਰਹੀ, ਸਪੈਸ਼ਲੀ ਮੇਰੇ ਵੱਲ ਤਾਂ ਮੋਸਟਲੀ ਅਨਚੇਂਜਡ ਹੀ ਹੈ ਨਾਲੇ ਸਾਰਾ, ਪਿੱਛੋਂ ਜ਼ਰੂਰ ਪਲ ਪਲ ਜੇ ਬਣ ਗਿਆ ਆਹ ਏਰੀਆ ਦਾ ਸਾਰਾ ਸਾਡੇ ਨਾਲ ਸੇਮ ਹੀ ਹੈ, ਅਤੇ ਬਟ ਐਨੀ ਇਹ ਚੀਜ਼ਾਂ ਆਪਾਂ ਦਿਨ 'ਚ ਦੁਬਾਰਾ ਦੇਖਾਂਗੇ, ਹੁਣ ਤਾਂ ਘਰਦਿਆਂ ਦਾ ਦੇਖਦੇ ਹਾਂ ਕੀ ਰਿਐਕਸ਼ਨ ਹੈ। ਸੀਆਰ ਜੀ ਕੈਮਰਾਮੈਨ ਬਣਨਗੇ 5 ਮਿੰਟ ਤੱਕ, ਸੋ ਲੈਟਸ ਸੀ। ਕਿਸੇ ਨੂੰ ਨੀ ਪਤਾ ਯਾਰ, ਤੇ ਤੁਹਾਨੂੰ ਨੀ ਪਤਾ ਹੋਰ ਨੂੰ ਕੀ ਪਤਾ, ਉਹਨੂੰ ਤਾਂ ਪਤਾ ਮੇਰਾ, ਉਹਨੂੰ ਉਹਦਾ ਨੀ ਪਤਾ ਸੀ ਐਮੀ ਦਾ। ਲਓ ਜੀ ਇਹ ਤਾਂ ਸੀਗਾ ਸਰਪ੍ਰਾਈਜ਼, ਤੇ ਬਸ ਜੀ ਹੁਣ ਕਰਦੇ ਹਾਂ ਟਾਈਮ ਸਪੈਂਡ ਥੋੜ੍ਹਾ ਟਾਈਮ, ਵੈਸੇ ਮੈਂ ਸੈਰ ਸੂਰ 'ਤੇ ਜਾ ਆਇਆ ਸੀ ਬਾਪਾ ਨਾਲ ਅਤੇ ਹੁਣ ਬਸ ਗੱਲਾਂ ਬਾਤਾਂ ਮਾਰ ਕੇ ਬੈਠੇ ਸੀਗੇ, ਅਤੇ ਹੁਣ ਇੰਡੀਆ ਦੀ ਲਾਈਫ ਕਰਾਂਗੇ ਸਟਾਰਟ, ਅਤੇ ਨਵੇਂ ਵਲੋਗਾਂ 'ਚ ਹਰ ਰੋਜ਼ ਕੁਛ ਨਾ ਕੁਛ ਨਵਾਂ ਆਊਗਾ, ਕੱਲ੍ਹ ਵੀ ਜਾਣਾ ਅਸੀਂ ਸਿੱਧੂ ਦੇ ਵਿਆਹ, ਤੋ ਦੇਖਦੇ ਹਾਂ ਅੱਗੇ ਅੱਗੇ ਕੀ ਬਣਦਾ। ਸੋ ਇਹ ਵਲੋਗ ਕਰਦੇ ਜੀ ਇੱਥੇ ਸਮਾਪਤ, ਮਿਲ ਜਾ ਤੁਹਾਨੂੰ ਨੈਕਸਟ ਵਲੋਗ 'ਚ, ਟਿਲ ਦੈਨ ਟੇਕ ਕੇਅਰ, ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ, ਬਾਏ ਬਾਏ।